ਉਹ 10 ਬੰਦੇ 100 ਨੂੰ ਸਿਖਾਉਂਦੇ ਸੀ, 100,000 ਨੂੰ ਸਿਖਾਉਂਦੇ ਸੀ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਅਨਪੜ੍ਹ ਨਹੀਂ ਸੀ। ਅੱਜ ਹਾਲਾਤ ਪੰਜਾਬ ਦੇ ਤੁਹਾਡੇ ਹੱਥ ਨੇ। ਇੱਕ ਅੱਜ ਸਾਰੇ ਆਏ ਹੋ ਨਾ, ਕਲਗੀਧਰ ਦੇ ਪੁੱਤਰ ਹੋ, ਤੁਹਾਡੇ ਹੱਥ ਇੱਕ ਡੋਰ ਦੇ ਦੀ ਅੱਜ ਪੱਕਾ ਜੀ, ਨਹੀਂ ਲੈ ਰਹੇ ਹੱਥ, ਕਿਹੜਾ ਬੱਚਾ ਜਿਹੜਾ ਚੈਲੇਂਜ ਕਬੂਲੇਗਾ। ਤੇ ਅੱਖਾਂ ਬੰਨ ਕੇ ਤੁਹਾਡੇ ਸਾਹਮਣੇ ਬੱਚਾ ਦਸਤਾਰ ਬੰਨ ਰਿਹਾ, ਦੇਖੋ ਅੱਖਾਂ ਬੰਨ ਕੇ, ਬਿਨਾਂ ਦੇਖੇ ਤੋਂ ਇਹ ਬੱਚਾ ਦਸਤਾਰ ਬੰਨ ਰਿਹਾ ਹੈ। ਤੇ ਕਿੰਨੇ ਪ੍ਰਕਾਰ ਦੀ ਦਸਤਾਰ ਬੰਨਦਾ ਤੁਹਾਨੂੰ ਪਤਾ ਜੀ ਇਹ? ਹਾਂਜੀ, 25 ਪ੍ਰਕਾਰ ਦੀ ਦਸਤਾਰ ਇਹ ਬੱਚਾ ਬੰਨ ਲੈਂਦਾ ਕਲਗੀਧਰ ਦਾ ਪੁੱਤਰ। ਤੇ ਹੁਣ ਇਹਨਾਂ ਦੇ ਉਸਤਾਦ ਜੀ ਗੁਰਦੀਪ ਸਿੰਘ ਜੀ ਉਹ ਪਹੁੰਚ ਜਾਣ ਜੀ ਸਾਡੇ ਕੋਲ ਜੀ। ਵੀਡੀਓ ਬੈਠ ਕੇ ਬਣਾਓ ਜੀ। ਤੇ ਉਹੀ ਬੱਚਾ ਹੱਥ ਖੜਾ ਕਰਿਓ ਕਲਗੀਧਰ ਦਾ ਪੁੱਤਰ, ਜਿਹਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ, ਅੱਜ ਵਾਅਦਾ ਕਰਿਓ ਉਸੇ ਬੱਚੇ ਦਾ ਹੱਥ ਉੱਠੇ ਜਿਹੜਾ ਕਲਗੀਧਰ ਦਾ ਪੁੱਤਰ ਹੈ, ਕਿ ਅੱਜ ਮੈਂ ਇੱਥੋਂ ਵਾਅਦਾ ਕਰਕੇ ਚੱਲਿਆ ਕਿ ਅੱਜ ਮੇਰੇ ਸਿਰ ਤੇ ਪਰਮਾਤਮਾ ਦਾ ਹੱਥ ਹੈ, ਮੈਂ 10 ਬੱਚਿਆਂ ਨੂੰ ਹੋਰ ਦਸਤਾਰ ਬੰਨਣੀ ਸਿਖਾਵਾਂਗਾ। ਜਕਾਰੇ ਲਾ ਦਿਓ ਜੀ। ਜਿਹੜਾ ਬੱਚਾ 50 ਬੱਚਿਆਂ ਨੂੰ ਦਸਤਾਰ ਬੰਨ ਕੇ ਦਮਦਮੀ ਟਕਸਾਲ ਦੇ ਵਿੱਚ ਆਏਗਾ, ਉਸ ਬੱਚੇ ਨੂੰ ਸਾਡੇ ਵੱਲੋਂ ਇੱਕ ਸਪੈਸ਼ਲ ਇਨਾਮ ਦਿੱਤਾ ਜਾਏਗਾ ਜੀ। 10-50 ਬੱਚਿਆਂ ਨੂੰ ਜਿਹੜੇ ਪਹਿਲਾਂ ਕਦੇ ਦਸਤਾਰ ਨਹੀਂ ਬੰਨਦੇ, ਜਿਹੜਾ ਵੀ ਬੱਚਾ ਉਹਨਾਂ 50 ਬੱਚਿਆਂ ਨੂੰ ਜਿਹਨਾਂ ਨੇ ਕਦੇ ਦਸਤਾਰ ਨਹੀਂ ਬੰਨੀ, ਸਾਨੂੰ ਵਿਕਣਾ ਪੈ ਜਾਵੇ ਭਾਵੇਂ ਦੀ, ਜਿਹੜਾ ਬੱਚਾ 50 ਬੱਚਿਆਂ ਨੂੰ ਦਸਤਾਰ ਸਿਖਾ ਕੇ ਸਾਡੇ ਦਮਦਮੀ ਟਕਸਾਲ ਜਥਾ ਰਾਜਪੁਰੇ ਦੇ ਵਿੱਚ ਪਹੁੰਚੇਗਾ, ਉਸ ਬੱਚੇ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਏਗਾ। ਅਤੇ ਇੱਕ ਮੈਂ ਹੋਰ ਬੇਨਤੀ ਕਰਾਂ, ਸਾਡੀ ਸੋਚ ਹੈ ਇਹ ਇਨਾਮ ਕੁਝ ਵੀ ਨਹੀਂ ਹੈ, ਜਿਹੜੀ ਗੱਲ ਅਸੀਂ ਪਰਵਾਨਾ ਜੀ ਨਾਲ ਕੀਤੀ ਸੀ ਕਿ ਜਲਦੀ ਹੀ ਜਿਹੜਾ ਮੁਕਾਬਲਾ ਕਰਨ ਜਾ ਰਹੇ ਹਾਂ ਉਹਦੇ ਵਿੱਚ ਹਾਰਲੇ ਮੋਟਰਸਾਈਕਲ ਅਤੇ ਬੋਲਟ ਮੋਟਰਸਾਈਕਲ ਦਾ ਇਨਾਮ ਰੱਖਣ ਜਾ ਰਹੇ ਹਾਂ ਦਸਤਾਰ ਮੁਕਾਬਲੇ ਦੇ ਵਿੱਚ। ਸੋ ਸਰਦਾਰ ਰੁਪਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ, ਰੁਪਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਜੀ 2 ਮਿੰਟ ਵਾਸਤੇ ਜੀ, ਸਰਦਾਰ ਰੁਪਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਬੱਚਿਆਂ ਦੇ ਸਨਮੁਖ ਹੋਣ ਜੀ, ਕਿਉਂਕਿ ਜੋ ਕੌਣ ਬਣੇਗਾ ਪਿਆਰੇ ਦਾ ਪਿਆਰਾ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਉਹਦੇ ਵਿੱਚ ਵੀ ਤਕਰੀਬਨ 25-30 ਲੱਖ ਰੁਪਏ ਦੇ ਇਨਾਮ ਰੱਖੇ ਹੋਏ ਨੇ। ਉਹ ਪੂਰੇ 95 ਪਿੰਡਾਂ 'ਚ ਪ੍ਰੋਗਰਾਮ ਹੋ ਚੁੱਕੇ ਨੇ ਅਤੇ 150 ਪਿੰਡਾਂ ਦੇ ਵਿੱਚ ਅਸੀਂ ਹੋਰ ਪ੍ਰੋਗਰਾਮ ਕਰਨੇ ਨੇ, ਅਤੇ ਉਹਦੇ ਵਿੱਚ ਵੀ ਜਿਹੜੇ ਬੱਚੇ ਭਾਗ ਲੈਣਾ ਚਾਹੁੰਦੇ ਨੇ ਉਹ ਦਮਦਮੀ ਟਕਸਾਲ ਜਥਾ ਰਾਜਪੁਰੇ ਦੇ ਪੇਜ 'ਤੇ ਜੁੜ ਜਾਣ, ਅਸੀਂ ਇਨਫੋਰਮੇਸ਼ਨ ਪਾਈ ਜਾਵਾਂਗੇ ਕਿੱਥੇ ਕਿੱਥੇ ਮੁਕਾਬਲੇ ਹੋ ਰਹੇ ਨੇ, ਉਹਦੇ ਵਿੱਚ ਮੁਕਾਬਲੇ 'ਚ ਭਾਗ ਲੈ ਕੇ ਵੀ ਤੁਸੀਂ ਹੋਰ ਅੱਗੇ ਜਾ ਸਕਦੇ ਹੋ ਜੀ। ਇਹ ਦਮਦਮੀ ਟਕਸਾਲ ਜਥਾ ਰਾਜਪੁਰਾ ਨੂੰ ਸਾਰੇ ਬੱਚੇ ਜ਼ਰੂਰ ਇੱਕ ਵਾਰ ਜਿਹੜਾ ਫੇਸਬੁੱਕ 'ਤੇ ਲਾਈਕ ਕਰਿਓ ਜਾ ਕੇ ਜੀ। ਸੋ ਰੁਪਿੰਦਰ ਸਿੰਘ ਜੀ ਨੂੰ ਬੇਨਤੀ ਹੈ ਜੀ ਅਤੇ ਪੂਰੀ ਟੀਮ ਨੂੰ ਬੇਨਤੀ ਹੈ ਜੀ ਉਹ ਪਹੁੰਚਣ ਅਤੇ ਸਾਡੇ ਯੂਥ ਨੂੰ ਨੌਜਵਾਨਾਂ ਨੂੰ ਕੁਝ ਵਿਚਾਰ ਸਾਂਝੇ ਰੱਖਣ। ਸਾਰਿਆਂ ਤੋਂ ਪਹਿਲਾਂ ਗੁਰਪਤੇ ਦੀ ਸਾਂਝ ਕਰਾਂਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਭਰਾ ਰੁਪਿੰਦਰ ਜੀ ਅਤੇ ਮੇਰੇ ਵੱਲੋਂ ਰੁਪਿੰਦਰ ਸਿੰਘ ਲਾਜੀ ਮੁਲਤਾਨੀ ਸ਼ੇਰੇ ਪੰਜਾਬ ਯੂਥ ਫੈਡਰੇਸ਼ਨ ਵੱਲੋਂ ਸਭ ਤੋਂ ਪਹਿਲਾਂ ਤਾਂ ਸਾਡੇ ਪਰਜਿੰਦਰ ਸਿੰਘ ਪਰਵਾਨਾ ਜੀ ਨੂੰ ਬਹੁਤ ਬਹੁਤ ਵਧਾਈ।
ਉਹਨਾਂ ਦੇ ਇੱਥੇ ਸ਼ਲਾਘਾਯੋਗ ਕਦਮ ਲਏ। ਅਤੇ ਦੂਸਰਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਇਸ ਗੁਰਮਤਿ ਸਮਾਗਮ ਦੇ ਵਿੱਚ, ਕਿਉਂਕਿ ਗੁਰਮਤਿ ਸਮਾਗਮ ਇਸ ਕਰਕੇ ਹੈ, ਅੱਜ ਸਾਡੀਆਂ ਮੋਰਲ ਵੈਲਿਊਜ਼ ਜਿਹੜੇ ਪਹਿਲਾਂ ਭਾਈ ਸਾਹਿਬ ਗੱਲ ਕਰਕੇ ਹਟੇ ਆ, ਜੋ ਕਿ ਸਾਡੇ ਪਰਿਵਾਰਾਂ ਦੇ ਵਿੱਚੋਂ, ਸਾਡੀ ਜਿਹੜੀ ਅੱਜ ਦੀ ਪਨੀਰੀ ਹੈ ਇਹਦੇ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ। ਦੇਖੋ ਤੁਸੀਂ ਆਉਣਾ ਨੌਜਵਾਨ ਹੋ, ਅਸੀਂ ਅੱਜ ਉਸ ਯੁਵਾ ਅਵਸਥਾ ਦੇ ਵਿੱਚ ਹਾਂ, ਅਤੇ ਕੁਛ ਮੇਰੇ ਵੀਰ ਮੇਰੇ ਹਾਣ ਦੇ ਹੋਣੇ ਆ, ਅਤੇ ਕੁਛ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਟੇਜ 'ਤੇ ਹੋਣੇ। ਤੁਸੀਂ ਉਹ ਜਿਨ੍ਹਾਂ ਨੇ ਦੇਸ਼, ਸਮਾਜ ਅਤੇ ਕੌਮ ਇਹਦਾ ਨਾਮ ਪੂਰੇ ਪੂਰੀ ਦੁਨੀਆ, ਪੂਰੇ ਦੇਸ਼ ਦੇ ਵਿੱਚ ਉੱਚਾ ਚੱਕਣਾ, ਅਤੇ ਪੰਜਾਬੀਆਂ ਦੀ ਵੈਸੇ ਹੀ ਵਿਰਾਸਤ ਰਹੀ ਹੈ ਕਿ ਦੇਸ਼ ਲਈ, ਸਮਾਜ ਲਈ ਜਦੋਂ ਜਦੋਂ ਜ਼ਰੂਰਤ ਪਈ ਹੈ, ਇਸ ਦਸਤਾਰ ਦੇ ਹੇਠਾਂ, ਇਸ ਪਰਮਾਤਮਾ ਦੇ ਆਸ਼ੀਰਵਾਦ ਹੇਠਾਂ ਜਿਹੜੇ ਸਿਰ ਆਏ ਆ, ਇਹਨਾਂ ਨੇ ਸਭ ਤੋਂ ਅੱਗੇ ਹੋ ਕੇ ਪਹਿਲ ਦੇ ਆਧਾਰ ਦੇ ਉੱਤੇ ਦੇਸ਼ ਸਮਾਜ ਲਈ ਕੁਰਬਾਨੀਆਂ ਕੀਤੀਆਂ। ਚਾਹੇ ਉਹ ਲੜਾਈ ਆਜ਼ਾਦੀ ਦੀ ਰਹੀ ਹੋਵੇ, ਚਾਹੇ ਉਹ ਲੜਾਈ ਮੁਗਲਾਂ ਨਾਲ ਰਹੀ ਹੋਵੇ, ਚਾਹੇ ਉਹ ਲੜਾਈ ਧਰਮ ਦੀ ਰੱਖਿਆ ਦੀ ਰਹੀ ਹੋਵੇ, ਜਿਸ ਸਮੇਂ ਦੀ ਵੀ ਮੈਂ ਗੱਲ ਕਰਾਂ, ਤਾਂ ਇਹ ਦਸਤਾਰ ਰੂਪੀ ਸਿਰ ਹੈ ਜਿਹੜਾ, ਇਹ ਹਮੇਸ਼ਾ ਅੱਗੇ ਆਇਆ। ਪਰ ਅੱਜ ਸਮਾਜ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਉਹ ਹੈ ਜੋ ਮੋਰਲ ਵੈਲਿਊਜ਼ ਪਰਿਵਾਰਾਂ ਦੇ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ, ਉਹਨੂੰ ਬਚਾਉਣ ਲਈ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ, ਉਹ ਅਸੀਂ ਹੀ ਦੇ ਸਕਦੇ ਹਾਂ। ਜਦੋਂ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ, ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ, ਕਾਲਜਸ ਦੇ ਵਿੱਚ, ਸਰਕਾਰੀ ਅਦਾਰਿਆਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ, ਤਾਂ ਅਕਸਰ ਕੀ ਹੁੰਦਾ ਕਿ ਅਸੀਂ ਟੂਰਿਜ਼ਮ ਵੱਲ ਭੱਜ, ਸਾਡੇ ਪਰਿਵਾਰਾਂ ਦਾ ਜਾਂ ਸਾਡਾ ਮਨ ਹੁੰਦਾ ਕਿਸੇ ਅੱਛੀ ਜਗ੍ਹਾ ਦੇ ਉੱਤੇ ਘੁੰਮ ਕੇ ਆਈਏ, ਕਿਤੇ ਜਾ ਕੇ ਆਈਏ, ਕੁਛ ਦੇਖ ਕੇ ਆਈਏ, ਕੁਛ ਨਵਾਂ ਦੇਖੀਏ, ਕਿਤੇ ਨਵਾਂ ਐਕਸਪੀਰੀਅੰਸ ਕਰੀਏ। ਇੱਥੇ ਮੈਂ ਮੇਰੇ ਛੋਟੇ ਭੈਣਾਂ ਨੂੰ, ਮੇਰੇ ਪਰਿਵਾਰ ਜਿਹੜੇ ਬੈਠੇ ਆ, ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਟੂਰਿਜ਼ਮ ਨੂੰ ਸਿਰਫ ਘੁੰਮਣ ਫਿਰਨ ਤੱਕ ਸੀਮਤ ਨਾ ਰੱਖੋ। ਸਾਡਾ ਦੇਸ਼, ਪੂਰਾ ਭਾਰਤ, ਇਕੱਲਾ ਪੰਜਾਬ ਨਹੀਂ, ਮੈਂ ਪੂਰੇ ਭਾਰਤ ਦੀ ਗੱਲ ਕਰੂੰਗਾ, ਸਾਡਾ ਪੂਰਾ ਦੇਸ਼ ਸਾਡੀ ਵਿਰਾਸਤ ਨਾਲ ਭਰਿਆ ਪਿਆ, ਜਿਹਦੇ ਬਾਰੇ ਅਸੀਂ ਜਾਣੂ ਹੀ ਨਹੀਂ ਹੈ। ਸਿੱਖਾਂ ਦਾ ਯੋਗਦਾਨ ਆ ਜਿਹੜਾ, ਇਕੱਲਾ ਪੰਜਾਬ ਦੇ ਵਿੱਚ ਨਹੀਂ ਰਿਹਾ। ਜੇ ਮੈਂ ਪੰਜ ਪਿਆਰਿਆਂ ਦੀ ਗੱਲ ਕਰਦਾ, ਤਾਂ ਇੱਕ ਲਾਹੌਰ ਤੋਂ, ਦੂਸਰਾ ਉਧਰ ਤੋਂ, ਕਰਨਾਟਕ, ਠੀਕ ਹੈ, ਦੇਸ਼ ਦੇ ਅਲੱਗ ਅਲੱਗ ਕੋਨਿਆਂ ਦੇ ਵਿੱਚੋਂ ਪੰਜ ਪਿਆਰੇ ਜਿਹੜੇ ਆ ਕੇ, ਵਿਸਾਖੀ ਵਾਲੇ ਦਿਨ ਜਦੋਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਚੁਣਿਆ, ਤਾਂ ਉਹ ਪੰਜ ਪਿਆਰੇ ਪੂਰੇ ਦੇਸ਼ ਦੇ ਵਿੱਚੋਂ ਸੀ। ਸਾਡੀ ਵਿਰਾਸਤ ਪੂਰੇ ਦੇਸ਼ ਦੇ ਵਿੱਚ ਖਿਲਰੀ ਪਈ ਹੈ। ਮੋਰਲ ਵੈਲਿਊ ਦਾ ਇਕੱਲਾ ਮਤਲਬ ਅਸੀਂ ਆਪਣੇ ਪਰਿਵਾਰਾਂ ਤੱਕ ਸੀਮਤ ਨਾ ਰੱਖੀਏ, ਅਸੀਂ ਆਪਣੀ ਵਿਰਾਸਤ ਨੂੰ ਵੀ ਸੰਭਾਲਣਾ ਇਹਦੇ ਨਾਲ ਨਾਲ। ਇਹਦੇ ਵਿੱਚ ਜਦੋਂ ਅਸੀਂ ਡਿਮਾਂਡ ਕਰਾਂਗੇ ਆਪਣੇ ਪਰਿਵਾਰ ਅੱਗੇ ਕਿ ਅਸੀਂ ਫਨ ਸਿਟੀ ਘੁੰਮਣ ਨਹੀਂ ਜਾਣਾ ਜੀ, ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ, ਅਸੀਂ ਫਨ ਸਿਟੀ ਘੁੰਮਣ ਦੀ ਜਾਂ ਅਸੀਂ ਸਿਨੇਮਾ ਥੀਏਟਰ ਜਾਣ ਦੀ ਡਿਮਾਂਡ ਨਾ ਰੱਖੀਏ। ਉਹ ਆਮ ਤੌਰ 'ਤੇ ਹਰ ਬੰਦਾ ਕਰਦਾ, ਹਰ ਪਰਿਵਾਰ ਕਰਦਾ, ਪਰ ਸਾਡੇ 'ਚ ਖਾਸ ਕੀ ਹੈ, ਅਸੀਂ ਉਸ ਚੀਜ਼ ਤੋਂ ਜਾਣੂ ਹੋਈਏ ਜਿਹੜੀ ਸਾਡੇ ਇਤਿਹਾਸ ਨਾਲ ਸਾਨੂੰ ਜੋੜਦੀ ਹੈ, ਜਿਹੜੀ ਸਾਡੀਆਂ ਮੋਰਲ ਵੈਲਿਊਜ਼ ਨਾਲ, ਸਾਡੀ ਵਿਰਾਸਤ ਨੂੰ ਜਿੰਦਾ ਰੱਖਣ ਦੇ ਵਿੱਚ ਜਿਹਦਾ ਯੋਗਦਾਨ ਹੋਵੇ ਸਭ ਤੋਂ ਵੱਧ, ਸਾਨੂੰ ਉਸ ਚੀਜ਼ ਨਾਲ ਜੋੜਦੀ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਜਾਂ ਆਪਣੇ ਮਾਂ ਬਾਪ ਨੂੰ ਅਸੀਂ ਇਹ ਡਿਮਾਂਡ ਕਰੀਏ ਕਿ ਅਸੀਂ ਉਹ ਦੇਖਣਾ ਜੋ ਸਾਡੇ ਪੁਰਖਿਆਂ ਦੀ ਸਾਨੂੰ ਯਾਦ ਦਵਾਵੇ, ਬਜਾਏ ਇਹਦੇ ਕਿ ਅਸੀਂ ਮੈਕਡੋਨਲਡ ਜਾਈਏ ਜਾਂ ਫਨ ਸਿਟੀ ਜਾਈਏ ਜਾਂ ਬਰਗਰ ਪੀਜ਼ੇ ਖਾ ਕੇ ਅਤੇ ਘਰ ਨੂੰ ਵੱਜੀਏ। ਨਹੀਂ,
ਕਿਉਂਕਿ ਅੱਜ ਅਸੀਂ ਜੇ ਉਪਰਾਲਾ ਕਰਾਂਗੇ ਤਾਂ ਆਉਣ ਵਾਲਾ ਸਮਾਂ ਸਾਡੇ ਇਤਿਹਾਸ ਨੂੰ ਜਿਉਂਦਾ ਰੱਖੇਗਾ। ਸਾਡੇ ਸਿਰ ਦੇ ਉੱਤੇ ਦਸਤਾਰ ਜਿਨ੍ਹਾਂ ਦੀ ਦੇਣਾ ਜ਼ਿਆਦਾ ਦੁੱਖ ਦੀ ਗੱਲ ਨਹੀਂ ਹੈਗੀ। ਅੱਜ ਤੋਂ 300 ਸਾਲ ਪਹਿਲਾਂ ਜਦੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉਹਨਾਂ ਅੱਗੇ ਬਹੁਤ ਐਸਾ ਕੁਛ ਬਹੁਤ ਔਫਰ ਕਹਿ ਲਈਏ ਰੱਖੇ ਗਏ, ਪ੍ਰਪੋਜ਼ਲ ਰੱਖੇ ਗਏ ਕਿ ਤੁਸੀਂ ਅਸੈਪਟ ਕਰ ਲਓ, ਕਿਸੇ ਤਰੀਕੇ ਤੁਸੀਂ ਇਸਲਾਮ ਨੂੰ ਅਸੈਪਟ ਕਰ ਲਓ, ਤੁਹਾਡੀ ਹਰ ਖੁਆਇਸ਼ ਹਰ ਡਿਮਾਂਡ ਪੂਰੀ ਕੀਤੀ ਜਾਏਗੀ ਜੋ ਤੁਸੀਂ ਚਾਹੁੰਦੇ ਹੋ। ਪਰ ਉਹਨਾਂ ਨੇ ਇਸਲਾਮ ਨਹੀਂ ਕਬੂਲਿਆ। ਕਿਉਂ? ਕਿਉਂਕਿ ਉਹਨਾਂ ਦੀਆਂ ਰਗਾਂ ਦੇ ਵਿੱਚ ਜਿਹੜਾ ਖੂਨ ਦੌੜਦਾ ਸੀ ਉਹ ਕਿਹਦਾ ਸੀ? ਉਹ ਸਾਹਿਬ ਅਸਰਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀ। ਅਸੀਂ ਉਹਨਾਂ ਦੇ ਵੰਸ਼ਜ ਹਾਂ, ਉਹ ਸਾਡੇ ਪੂਰਵਜ ਨੇ, ਇਹ ਸਾਨੂੰ ਹਮੇਸ਼ਾ ਯਾਦ ਰੱਖਣਾ ਪਏਗਾ। ਧਰਮ ਸਿਰਫ ਉਦੋਂ ਜਾਗਰਤ ਰਹਿੰਦਾ ਜਦੋਂ ਸਾਡੀ ਵਿਰਾਸਤ ਆ ਜਿਹੜੀ ਉਹ ਸੰਭਲੀ ਰਹਿੰਦੀ ਹੈ। ਸੋ ਮੈਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰੀ ਬੇਨਤੀ ਕਰਨਾ ਚਾਹਾਂਗਾ ਕਿ ਆਪਣੇ ਵਿਰਸੇ ਨਾਲ ਜੁੜੋ, ਆਪਣੇ ਪਿਛੋਕੜ ਨਾਲ ਜੁੜੋ, ਆਪਣੇ ਇਤਿਹਾਸ ਨਾਲ ਜੁੜੋ। ਦੇਖੋ ਕਿ ਇਸ ਭਾਰਤ ਦੇ ਗੁਲਦਸਤੇ ਦੇ ਵਿੱਚ ਅਸੀਂ ਕਿੱਥੇ ਕਿੱਥੇ ਫੁੱਲ ਬਣ ਕੇ ਬੈਠੇ ਹੋਏ ਹਾਂ, ਕਿਉਂਕਿ ਸਾਡੇ ਮੁੱਢੋਂ ਹੀ ਜਿਨ੍ਹਾਂ ਨੇ ਸਾਡੇ ਖਾਲਸੇ ਦਾ ਮੁੱਢ ਬੰਨਿਆ, ਸਿੱਖੀ ਦਾ ਮੁੱਢ ਬੰਨਿਆ, ਗੁਰੂ ਨਾਨਕ ਦੇਵ ਪਾਤਸ਼ਾਹ, ਉਹਨਾਂ ਨੇ 23 ਸਾਲ ਉਦਾਸੀਆਂ ਕੀਤੀਆਂ। 23 ਸਾਲ ਦੀਆਂ 4 ਉਦਾਸੀਆਂ ਦੇ ਵਿੱਚ ਉਹਨਾਂ ਨੇ ਪੂਰੇ ਵਿਸ਼ਵ ਦਾ ਭਰਮਣ ਕੀਤਾ, ਪੂਰੇ ਵਿਸ਼ਵ 'ਚ ਘੁੰਮੇ, ਮੱਕੇ ਮਦੀਨੇ ਤੋਂ ਲੈ ਕੇ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਉਹਨਾਂ ਨੇ ਹਿੰਦੁਸਤਾਨ, ਏਸ਼ੀਆ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਉਹ ਨਹੀਂ ਗਏ। ਉਹਨੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ, ਉਹਨਾਂ ਨੇ ਮਨੁੱਖਤਾ ਦੀ ਏਕਤਾ ਦੀ ਗੱਲ ਕੀਤੀ, ਜਿੱਥੇ ਜਿੱਥੇ ਗਏ ਅਡੰਬਰਾਂ ਦਾ ਖੰਡਨ ਕੀਤਾ, ਇੱਕ ਪਰਮਾਤਮਾ ਦੀ ਗੱਲ ਕੀਤੀ। ਜੇ ਪੰਚਮ ਪਿਤਾ ਤੋਂ ਮੈਂ ਬਾਅਦ ਦੀ ਗੱਲ ਕਰਦਾ ਤਾਂ ਧਰਮ ਦੀ ਰੱਖਿਆ ਲਈ ਅਸੀਂ ਹਥਿਆਰ ਵੀ ਚੱਕੇ, ਅਸੀਂ ਸ਼ਹਾਦਤਾਂ ਵੀ ਦਿੱਤੀਆਂ ਅਤੇ ਅਸੀਂ ਜੰਗਾਂ ਵੀ ਲੜੀਆਂ। ਸੋ ਦੋਸਤੋ, ਸਾਡੀ ਵਿਰਾਸਤ ਹੈ ਜਿਹੜੀ ਬਹੁਤ ਅਮੀਰ ਆ, ਇਹਨੂੰ ਭੁੱਲਣ ਦੀ ਛੱਡਣ ਦੀ ਬਜਾਏ, ਫਿਲਮੀ ਐਕਟਰਾਂ ਸਿੰਗਰਾਂ ਪਿੱਛੇ ਲੱਗਣ ਦੀ ਬਜਾਏ, ਅਸੀਂ ਜਿਹੜੇ ਸਾਡੇ ਕੌਮ ਦੇ ਅਸਲੀ ਹੀਰੋ ਨੇ ਉਹਨਾਂ ਪਿੱਛੇ ਲੱਗੀਏ, ਜਿਨ੍ਹਾਂ ਤੋਂ ਸਾਨੂੰ ਸਿੱਖਣ ਨੂੰ ਵੀ ਕੁਛ ਮਿਲਦਾ, ਜਿਨ੍ਹਾਂ ਤੋਂ ਸਾਨੂੰ ਜਾਣਨ ਨੂੰ ਮਿਲਦਾ ਕਿ ਉਹਨਾਂ ਨੇ ਮਾਨਵਤਾ ਲਈ ਕੀ ਕੀਤਾ, ਅਤੇ ਅਸੀਂ ਉਹਨਾਂ ਦੇ ਵੰਸ਼ਜ ਹੋਣ ਦੇ ਨਾਤੇ ਅਸੀਂ ਅੱਗੇ ਉਸ ਉਹਨਾਂ ਦੀ ਵਿਰਾਸਤ ਨੂੰ ਕਿਵੇਂ ਸੰਭਾਲ ਕੇ ਰੱਖਣਾ। ਅੱਜ ਤਲਵਾਰ ਚੱਕਣ ਦੀ ਲੋੜ ਨਹੀਂ, ਪਰ ਜੇ ਸਾਡੇ ਅੰਦਰੋਂ ਵਿਚਾਰ ਖਤਮ ਹੁੰਦੇ ਗਏ, ਜੇ ਅੱਜ ਅਸੀਂ ਆਪਣੇ ਵਿਚਾਰਾਂ ਦਾ ਖਾਤਮਾ ਕਰ ਲਿਆ ਤਾਂ ਆਉਣ ਵਾਲਾ ਸਮਾਂ, ਆਉਣ ਵਾਲਾ ਇਤਿਹਾਸ ਸਾਨੂੰ ਲਾਂਘਦਾ ਪਾਏਗਾ ਕਿ ਅਸੀਂ ਆਪਣੇ ਵਿਰਾਸਤ ਨੂੰ ਸੰਭਾਲ ਕੇ ਨਹੀਂ ਰੱਖ ਸਕੇ। ਸੋ ਇੱਥੇ ਹੀ ਮੈਂ ਆਪਣੇ ਵਿਚਾਰਾਂ ਨੂੰ ਆਰਾਮ ਦੇ ਕੇ, ਜੇ ਕੋਈ ਬੋਲਦਿਆਂ ਹੋਇਆ ਭਵਿੱਖ ਹੋ ਗਈ ਹੋਵੇ ਤਾਂ ਕਿਵੇਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦਸਤਾਰ ਅਭਿਆਸ ਦੇ ਨਾਲ ਆਉਂਦੀ ਹੈ। ਇੱਥੋਂ ਜਿੰਨੇ ਬੈਠੇ ਨੇ ਮੁਕਾਬਲੇ ਹਿੱਸਾ ਲੈਣ ਵਾਲੇ ਬਹੁਤ ਸਾਰੇ ਦੋਸਤ
ਇਹ ਵੀ ਜੇ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਜਿੱਤ ਸਕਦਾ ਸੀ। ਬਹੁਤ ਸਾਰੇ ਦੋਸਤਾਂ ਨਾਲੋਂ ਸੋਹਣੀ ਦਸਤਾਰ ਸਜਾਈ ਹੋਈ ਹੈ। ਵੈਸੇ ਦਸਤਾਰਾਂ ਸਾਰੀਆਂ ਸੋਹਣੀਆਂ ਨੇ, ਪਰ ਸਫਾਈ ਦਾ ਥੋੜ੍ਹਾ ਜਿਹਾ ਫਰਕ ਹੁੰਦਾ ਆ। ਸੋ ਮੈਂ ਦੋਸਤਾਂ ਨੂੰ ਵੀ ਬੇਨਤੀ ਕਰਾਂ ਕਿ ਵੱਧ ਤੋਂ ਵੱਧ ਦਸਤਾਰ ਸਜਾਉਣ ਦਾ ਅਭਿਆਸ ਕਰੋ, ਉਹਦੇ ਨਾਲ ਕੀ ਹੈ ਸਫਾਈ ਜ਼ਿਆਦਾ ਆਉਂਦੀ ਹੈ। ਦੇਖੋ ਜੀ ਕਿੰਨੀ ਸੋਹਣੀ ਦਸਤਾਰ ਸਜਾਈ ਮੁੰਡੇ ਨੇ, ਅਤੇ ਅੱਖਾਂ 'ਤੇ ਪੱਟੀ ਬੰਨ ਕੇ ਸਜਾਈ ਹੈ। ਅਤੇ ਇੱਕ ਦੋ ਗੱਲ ਮੈਂ ਤੁਹਾਡੇ ਨਾਲ ਦੋਸਤੋ ਹੋਰ ਕਰਨੀ ਹੈ, ਇੱਕ ਦੋ ਸਵਾਲ ਨੇ ਮੇਰੇ। ਇਹ ਦੱਸੋ ਕਿ ਤੁਹਾਡੇ ਜੋ ਸਕੂਲਾਂ